ਬਹੁਤ ਤਕੜੇ ਸਟੰਟ ਕਰਦਾ ਬਾਈ ਇਹਦਾ ਚੱਲਦਾ ਰਹਿੰਦਾ ਡਿੱਗ ਡਿੱਗੀ ਸਵਾਰ ਹੁੰਦੇ ਨੇ ਹਾਂ ਮੇਰੇ ਵੀ ਦੇਖ ਸਕਦੇ ਹੋ ਥੋੜੀ ਜਿਹੀ ਲੱਗੀ ਨੀਚੇ ਡਿੱਕਰ ਜੀ ਲੱਗੀ ਦੂਜੀ ਵੀਡੀਓ ਟਰਾਈ ਕਰ ਰਹੇ ਹਾਂ ਦੂਜਾ ਸਟੰਟ ਪ੍ਰੀਤ ਬਾਈ ਕਰ ਰਿਹਾ ਟਾਇਰ ਕੱਢ ਕੇ ਬਾਈ ਟਾਇਰ ਹੀ ਕੱਢ ਰੱਖਿਆ ਦੇਖ ਸਕਦੇ ਹੋ ਟੂਰਨਾਮੈਂਟ ਲਾ ਕੇ ਆ ਰਹੇ ਸੀ ਦੋਦੜਾ ਪਿੰਡ ਦੇ ਵਿੱਚ ਬਈ ਦੋਦੜਾ ਤੋਂ ਆਉਂਦੇ ਆਉਂਦੇ ਇੱਕ ਬਾਈ ਦਾ ਪਿੰਡ ਆਉਂਦਾ ਮੈਂ ਇੰਸਟਾਗ੍ਰਾਮ ਤੇ ਬਾਈ ਦੀ ਰੀਲ ਦੇਖੀ ਸੀ ਪ੍ਰੀਤ ਸਟੰਟਮੈਨ ਸਾਰਿਆਂ ਨੂੰ ਪਤਾ ਵੀ ਹੋਊਗਾ ਵੀ ਜੇ ਨਹੀਂ ਪਤਾ ਇੰਸਟਾਗ੍ਰਾਮ ਤੇ ਆਈਡੀਆ ਬਾਈ ਦੀ ਪ੍ਰੀਤ ਸਟੰਟਮੈਨ ਉਹਦੇ ਬਾਈ ਦੇ ਲਗਭਗ 1,31,000 ਫੋਲੋਵਰ ਨੇ ਬਈ ਮੈਂ ਦੇਖਿਆ ਸੀ ਤੇ ਬੱਬੂ ਬਾਈ ਨਾਲ ਉਹਦਾ ਬਾਈ ਦਾ ਪਹਿਲਾ ਕੰਟੈਕਟ ਨੰਬਰ ਸੀ ਤਾਂ ਬਾਈ ਮੈਨੂੰ ਕਹਿੰਦਾ ਵੀ ਚਲੋ ਆਪਾਂ ਪਿੰਡ ਜਾ ਰਹੇ ਹਾਂ ਆਪਣੇ ਇੱਧਰ ਬਾਈ ਦਾ ਪਿੰਡ ਆਊਗਾ ਫਲੇੜਾ ਫਲੇੜਾ ਪਿੰਡ ਹੈ ਨਾ ਬਾਈ ਹਾਂ ਫਲੇੜਾ ਫਲੇੜਾ ਪਿੰਡ ਆ ਦੇਖ ਸਕਦੇ 2 ਕਿਲੋਮੀਟਰ ਹੈ ਮੈਂ ਦੋਦੜੇ ਦਾ ਟੂਰਨਾਮੈਂਟ ਲਾ ਕੇ ਆ ਰਹੀ ਸੀ ਕਬੱਡੀ ਦਾ ਤਾਂ ਬਾਈ ਕਹਿੰਦਾ ਜਾਂਦੇ ਜਾਂਦੇ ਮਿਲਾਂਗੇ ਤਾਂ ਮੈਂ ਬਾਈ ਨੂੰ ਫੋਨ ਕਰਿਆ ਬਾਈ ਕਹਿੰਦਾ ਵੀ ਘਰੇ ਆ ਜਾਓ ਬਈ ਮਿਲਾਂਗੇ ਤਾਂ ਮੈਨੂੰ ਵੀ ਖੁਸ਼ੀ ਹੋਊਗੀ ਕਿਉਂਕਿ ਮਿਲਣਾ ਚਾਹੀਦਾ ਵੀ ਇੱਕ ਦੂਜੇ ਪਲੇਅਰ ਨੂੰ ਇੱਕ ਦੂਜੇ ਜਿਹੜਾ ਐਥਲੀਟ ਹੁੰਦਾ ਸਪੋਰਟਸਮੈਨ ਦਾ ਮਿਲਣਾ ਚਾਹੀਦਾ ਇਹਦੇ ਨਾਲ ਪਿਆਰ ਵੱਧਦਾ ਮੋਟੀਵੇਸ਼ਨ ਵੱਧਦੀ ਹੈ ਤਾਂ ਬੱਬੂ ਬਾਈ ਦੇ ਨਾਲ ਜਾ ਰਹੇ ਹਾਂ ਬਈ ਚੱਲ ਚੱਲਦੇ ਹਾਂ ਪ੍ਰੀਤ ਬਾਈ ਦੇ ਘਰੇ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਬਈ ਬਾਈ ਸਾਈਕਲਾਂ ਤੇ ਸਟੰਟ ਕਰਦਾ ਪ੍ਰੀਤ ਸਟੰਟਮੈਨ ਹੈ ਬਾਈ ਦਾ ਨਾਮ ਤਾਂ ਚੱਲਦੇ ਹਾਂ ਵੀ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਬਈ ਦੇਖਿਆ ਦੋ ਦੋ ਸਟੰਟਮੈਨ ਇਕੱਠੇ ਹੋ ਜਾਣਗੇ ਇੱਕ ਬਾਈ ਸਾਈਕਲ ਤੇ ਕਰਦਾ ਤੇ ਮੈਂ ਤਾਂ ਗਰਾਊਂਡਾਂ ਦੇ ਵਿੱਚ ਕਰਦਾ ਵੀ ਤੁਸੀਂ ਦੇਖਦੇ ਹੋ ਤਾਂ ਚੱਲਦੇ ਹਾਂ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਬਈ ਬਾਈ ਦਾ ਪਿੰਡ ਤੇ ਬਾਈ ਦਾ ਘਰ ਵੀ ਬਈ ਤੇ ਬਾਈ ਨਾਲ ਮੁਲਾਕਾਤ ਕਰਦੇ ਹਾਂ ਮੈਂ ਕਦੇ ਬਾਈ ਨੂੰ ਮਿਲਿਆ ਨਹੀਂ ਹੈਗਾ ਬੱਬੂ ਬਾਈ ਨਾਲ ਪਹਿਲਾਂ ਕੰਟੈਕਟ ਨੰਬਰ ਹੈਗਾ ਸੀ ਬਾਈ ਦਾ ਤਾਂ ਚਲੋ ਬੰਦਾ ਬਾਈ ਪ੍ਰੀਤ ਜੀ ਹਾਂ ਤਾਂ ਚੱਲ ਯਾਰ ਬੰਦਾ ਰੇਟ ਨੂੰ ਹਾਂ ਸਾਈਕਲਾਂ ਤੇ ਸਟੰਟ ਕਰਦੇ ਤਾਂ ਚੱਲਦੇ ਹਾਂ ਬਾਈ ਤੁਹਾਨੂੰ ਵੀ ਦਿਖਾਉਂਦੇ ਹਾਂ ਆਪਣਾ ਯਾਰ ਹਰੇਕ ਬੰਦੇ ਦਾ ਵਧੀਆ ਪ੍ਰੇਮ ਪਿਆਰ ਹੈ ਨਾ ਹਾਂ ਇਹ ਨਾਲ ਵੀ ਆਪਣਾ ਦਿਲੋਂ ਪਿਆਰ ਹੈਗਾ ਆਪਣਾ ਹਾਂ ਪ੍ਰੇਮ ਪਿਆਰ ਰੱਖਣਾ ਚਾਹੀਦਾ ਬਈ ਮੇਰੀ ਇੱਛਾ ਹੋਈ ਮੈਂ ਕਿਹਾ ਚਲੋ ਬਾਈ ਨੂੰ ਮਿਲ ਕੇ ਜਾਂਦੇ ਜਾਂਦੇ ਕਦੋਂ ਕਦੇ ਮੌਕਾ ਲੱਗਦਾ ਤਾਂ ਚੱਲਦੇ ਹਾਂ ਬਾਈ ਦੇ ਪਿੰਡ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਤੇ ਆ ਗਿਆ ਬਾਈ ਫਲੇੜਾ ਪਿੰਡ ਬਾਈ ਦਾ ਤਾਂ ਪਹੁੰਚਦੇ ਹਾਂ ਬਾਈ ਦੇ ਘਰੇ ਤੁਹਾਨੂੰ ਦੱਸਿਆ ਅਸੀਂ ਨੇੜੇ ਹੀ ਸੀ ਮੈਂ ਕਿਹਾ ਚਲੋ ਮਿਲਾਂਦੇ ਹਾਂ ਬਾਈ ਨੂੰ ਫਲੇੜਾ ਪਿੰਡ ਜਾ ਕੇ ਤਾਂ ਬਾਈ ਜੀ ਆਪਾਂ ਪਹੁੰਚ ਗਏ ਫਲੇੜਾ ਪਿੰਡ ਦੇ ਵਿੱਚ ਪ੍ਰੀਤ ਬਾਈ ਦਾ ਇਹ ਘਰ ਹੈ ਦੇਖ ਸਕਦੇ ਹਾਂ ਪਿੱਛੇ ਤੇ ਆਪਣੇ ਬਾਈ ਇਹ ਬਾਹਰ ਖੜਾ ਪ੍ਰੀਤ ਬਾਈ ਹੋਰ ਬਾਈ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਬਾਈ ਵੀ ਆਪਣੇ ਇਤਨਾ ਸਟੰਟ ਕਰਦਾ ਲਾ ਲਓ ਦੋ ਸਟੰਟਮੈਨ ਇਕੱਠੇ ਹੋ ਗਏ ਮੈਂ ਫਿਜ਼ੀਕਲ ਕਰਦਾ ਇਹ ਬਾਈ ਸਾਈਕਲਾਂ ਨਾਲ ਸਟੰਟ ਕਰਦੇ ਆ ਬਾਕੀ ਤੁਸੀਂ ਜਾਣਦੇ ਹੋਣੇ ਬਾਈ ਦੱਸਣ ਦੀ ਤਾਂ ਲੋੜ ਨਹੀਂ ਮੈਨੂੰ ਵੀ ਪਹਿਲੀ ਵਾਰ ਆਇਆ ਵੀ ਮੈਂ ਫਲੇੜਾ ਪਿੰਡ ਦੇ ਵਿੱਚ ਤਾਂ ਵੈਲਕਮ ਵੀਰੇ ਹੋਰ ਸੈਟ ਹੋ ਸਾਰੇ ਹਾਂ ਹਾਂ ਵਧੀਆ ਬਾਈ ਵਧੀਆ ਇਹ ਬਾਈ ਦਾ ਦੇਖ ਸਕਦੇ ਪਿੱਛੇ ਘਰ ਹੈ ਇਹ ਗੱਲ ਹੈ ਨਾ ਬਾਈ ਸਾਰੇ ਛੋਟੇ ਘਰਾਂ ਤੋਂ ਉੱਠਦੇ ਨੇ ਤੇ ਅੱਗੇ ਜਾ ਕੇ ਬਣਦੇ ਨੇ ਬਹੁਤ ਮਹਾਨ ਬਾਈ ਤਾਂ ਹਰ ਇੱਕ ਨੂੰ ਸਪੋਰਟ ਦੀ ਲੋੜ ਹੁੰਦੀ ਹੈ ਸਪੋਰਟ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਮੈਨੂੰ ਕਰਦੇ ਹੋ ਬਾਈ ਬਾਈ ਨੂੰ ਵੀ ਕਰੋ ਵੀ ਜੇ ਨਹੀਂ ਕਰਦੇ ਕਿਉਂਕਿ ਸਪੋਰਟ ਸਭ ਤੋਂ ਵੱਡੀ ਚੀਜ਼ ਹੈ ਬੱਬੂ ਬਾਈ ਨੇ ਆਪਾਂ ਨੂੰ ਸਪੋਰਟ ਕੀਤੀ ਸੀ ਕਬੱਡੀ ਦੀ ਕੱਪ ਦੇ ਵਿੱਚ ਵੀ ਬੱਬੂ ਬਾਈ ਆ ਬਾਈ ਜਿੱਥੇ ਵੀ ਬਾਈ ਜਾਂਦਾ ਕਮਲ ਬੱਬੂ ਇਹਦੇ ਨਾਲ ਜਾਂਦਾ ਹੈਗਾ ਤੇ ਬਾਈ ਸਪੋਰਟ ਕਰ ਰਿਹਾ ਬਾਈ ਕਮਲ ਨੂੰ ਫੁੱਲ ਇਹਦੇ ਕਰਕੇ ਬਾਈ ਚੱਲ ਰਿਹਾ ਹੈਗਾ ਦੋਨਾਂ ਦਾ ਕਰਕੇ ਤਾਂ ਦੇਖਦੇ ਆ ਬਾਈ ਨਾਲ ਵੀ ਆਪਾਂ ਸਟੰਟ ਦੋ ਸਟੰਟ ਮੈਨ ਇਕੱਠੇ ਹੋ ਗਏ ਸਟੰਟ ਕਰਾਂਗੇ ਬਣਾਵਾਂਗੇ ਕਰਦੇ ਆ ਸਟੰਟ ਮੈਂ ਤੁਹਾਨੂੰ ਬਲੌਗ ਦੇ ਵਿੱਚ ਦੇਖੋ ਸਟੰਟ ਤੇ ਨਾਲੇ ਰੀਲਾਂ ਦੇਖੋ ਹੁਣ ਕਰਦੇ ਆ ਸਟੰਟ ਤੇ ਸਟੰਟ ਦੇਖਾਂਗੇ ਕਮਲ ਦੇ ਵੀ ਦੇਖਾਂਗੇ ਇਹਦੇ ਵੀ ਦੇਖਾਂਗੇ ਬਾਕੀ ਬਾਈ ਘੈਂਟ ਜਾਨ ਇਹ ਵੀ ਘੈਂਟ ਜਾਨ ਕਿਉਂਕਿ ਉਹਨੂੰ ਦੰਦੇ ਆਪਣੇ ਨਾਈਸ ਬੱਚੇ ਨੇ ਲਿਆਉਣਾ ਮਿੱਤਰੋ ਸਾਈਕਲ ਸੂਕਲ ਕੱਢ ਕੇ ਹਾਂ ਦਿਖਾਣਿਆ ਦੇ ਨਾਲੇ ਬਾਈ ਤੁਹਾਨੂੰ ਬਲੌਗ ਦੇ ਵਿੱਚ ਬਣੇ ਰਹੋ ਤੇ ਬਾਈ ਦਾ ਦੇਖ ਸਕਦੇ ਬਾਹਰੋਂ ਘਰ ਹੈ ਵਧੀਆ ਬਾਈ ਮਿਹਨਤ ਕਰਦਾ ਬਾਈ ਵਧੀਆ ਬਾਈ ਆ ਸੁਭਾਅ ਵੱਲੋਂ ਹੀ ਬਹੁਤ ਵਧੀਆ ਬਾਈ ਜਿਵੇਂ ਪੰਜਾਬੀ ਨਾਲ ਸੁਭਾਅ ਹੁੰਦਾ ਨਾ ਵਧੀਆ ਹੁੰਦਾ ਬਾਈ ਤਾਂ ਬਾਈ ਦਾ ਵੀ ਅੰਦਰ ਗੇਮਿੰਗ ਦਾ ਵੀ ਸੈਟਅਪ ਹੈ ਬਾਈ ਮੈਂ ਦੇਖਿਆ ਵੀ ਯੂਟਿਊਬ ਦੇ ਬਾਈ ਦੇ ਵਧੀਆ 2,80,000 ਸਬਸਕ੍ਰਾਈਬਰ ਨੇ ਪ੍ਰੀਤ ਸਟੰਟਮੈਨ ਨਾਮ ਤੇ ਯੂਟਿਊਬ ਚੈਨਲ ਹੈ ਜ਼ਰੂਰ ਦੇਖਿਓ ਬਾਈ ਤਾਂ ਇਹ ਹੈ ਬਾਈ ਪ੍ਰੀਤ ਬਾਈ ਦਾ ਗੇਮਿੰਗ ਸੈਟਅਪ ਸਾਰਾ ਦੇਖ ਸਕਦੇ ਹੋ ਬਾਈ ਵਧੀਆ ਬਾਈ ਨੇ ਮਿਹਨਤ ਕਰਕੇ ਰਿਹਾ ਸਾਰਾ ਕੁਛ ਆ ਦੇਖ ਸਕਦੇ ਹੋ ਮੈਂ ਵੀਡੀਓ ਦੇ ਵਿੱਚ ਦੇਖਿਆ ਹੋਇਆ ਬਾਈ ਦਾ ਇਹ ਸਾਰਾ ਸੈਟਅਪ ਕੁਰਸੀ ਵਗੈਰਾ ਬਾਈ ਇੱਥੇ ਬੈਠ ਕੇ ਗੇਮਿੰਗ ਕਰਦਾ ਤੇ ਵੀਡੀਓ ਬਣਾਉਂਦਾ ਹੈ ਬਾਈ ਬਾਈ ਨੇ ਲਾ ਰੱਖੀ ਹੈ ਗੇਮ ਟਰੈਕਟਰ ਵਾਲੀ ਆ ਦੇਖ ਸਕਦੇ ਹੋ ਬਾਈ ਨੇ ਸਾਰਾ ਆਪਣੀ ਮਿਹਨਤ ਨਾਲ ਹੀ ਲਿਆ ਬਾਈ
ਹੈ ਨਾ ਬਾਈ? ਹਾਂ ਬਾਈ ਮਿਹਨਤ ਨਾਲ ਸਾਰਾ। ਵਧੀਆ ਵਧੀਆ ਗੱਲ ਹੈ ਬਾਈ। ਮਿਹਨਤ ਕਰਕੇ ਦੂਜੇ ਚੈਨਲ ਤੇ ਹੁਣ ਆਪਣੇ ਦੂਜਾ ਚੈਨਲ ਖੋਲਤਾ। ਅੱਛਾ ਤੇ ਮਿੱਤਰੋ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਹਾਂ ਹਾਂ ਬਾਈ ਜ਼ਰੂਰ। ਗੇਮਰ ਤੇ ਬਾਈ ਲਿੰਕ ਪਾ ਦੂਗਾ। ਹਾਂ ਹਾਂ ਨਵਾਂ ਚੈਨਲ ਖੋਲਿਆਗਾ ਤੇ ਕਰਿਓ ਇਹਦੇ ਉੱਤੇ। ਹੁਣ ਜਿੰਨੀਆਂ ਵੀਡੀਓ ਆਉਣਗੀਆਂ ਸਾਰੀਆਂ ਗੇਮ ਵਾਲੀਆਂ ਤੇ ਉਹ ਦੇਖੋ ਟ੍ਰੈਕ। ਫੁੱਲ ਫੀਲ ਆਉਂਦਾ ਮਿੱਤਰੋ ਜਦੋਂ ਖੇਡਦੇ ਆ ਗੇਮ ਨੂੰ। ਪੂਰੀ ਮਤਲਬ ਘੈਂਟ ਫੀਲਿੰਗ ਆਉਂਦੀ ਹੈ ਵੀ ਗੱਡੀ ਜਿਹਨੂੰ ਨਹੀਂ ਚਲਾਉਣੀ ਆਉਂਦੀ ਤੇ ਲਗਭਗ 20-30% ਸਿੱਖੀ ਜਾਂਦਾ ਨਾ। ਹਾਂ ਇਹ ਤਾਂ ਸਿੱਖੀ ਸਿੱਖ ਜਾਂਦਾ। ਹਾਂ ਬੰਦਾ ਕਮਾਣਾ ਇਹ ਸਾਰਾ ਕੁਝ ਨਾ ਗੇਅਰ ਗੂਰ ਪਾਣੇ ਸਿੱਖ ਜਾਂਦਾ। ਮੈਂ ਵੀ ਦੇਖਾਂਗਾ ਟਰਾਈ ਕਰਕੇ, ਦੇਖਦੇ ਹਾਂ ਕਿਵੇਂ ਚੱਲਦੀ ਆਪਣੇ ਤੋਂ। ਮੈਂ ਕਦੇ ਮੈਂ ਵੀਡੀਓ ਦੇ ਵਿੱਚ ਦੇਖੀਆਂ ਹੋਈਆਂ ਨੇ ਇਹ ਚੀਜ਼ਾਂ ਬਈ, ਤਾਂ ਰੀਲ ਦੇ ਵਿੱਚ ਚਲਾ ਕੇ ਦੇਖਾਂਗੇ ਕਿਵੇਂ ਕਿਵੇਂ ਆਉਂਦਾ ਮਾਹੌਲ। ਚਾਹ ਪੀਓ ਬਈ। ਆਹ ਭਾਈ ਨੇ ਚਾਹ ਬਣਾ ਰਹੀ ਹੈ ਬਈ, ਭਾਈ ਦੀ ਮੰਮੀ ਨੇ ਚਾਹ ਬਣਾਈ ਸੀ ਬਿਸਕੁਟ ਤੇ ਚਾਹ। ਥੈਂਕ ਯੂ ਪ੍ਰੀਤ ਬਾਈ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਤਾਂ ਹੁਣ ਪ੍ਰੀਤ ਬਾਈ ਦੇ ਸਾਈਕਲ ਦੇਖਾਂਗੇ ਬਈ, ਜਿਹੜਾ ਪ੍ਰੀਤ ਬਾਈ ਸਾਈਕਲ ਤੇ ਸਟੰਟ ਕਰਦਾ। ਇਹ ਦੇਖ ਸਕਦੇ ਹੋ ਇਹ ਕੱਢ ਲੈ ਬਾਈ ਨੇ ਆਪਣੇ ਸਾਈਕਲ ਜਿਹਦੇ ਬਾਈ ਸਟੰਟ ਕਰਦਾ। ਤੁਸੀਂ ਰੀਲਾਂ ਦੇ ਵਿੱਚ ਦੇਖਿਆ ਹੋਣਾ ਬਾਈ, ਤੇ ਆ ਰੀਲਾਂ ਵੀ ਬਣਾਉਂਦੇ ਹਾਂ ਵੀ ਰੀਲਾਂ ਦੇ ਦੇਖ ਲਿਓ। ਪ੍ਰੀਤ ਸਟੰਟ ਮੈਨ ਨਾਮ ਤੇ ਆਈਡੀ ਹੈ ਇੰਸਟਾਗ੍ਰਾਮ ਤੇ ਮੇਰੀ ਤੁਸੀਂ ਜਾਣਦੇ ਹੋ ਬਾਈ। ਆ ਜੂਗੀ ਰੀਲ ਬਾਈ, ਇੱਕ ਦੋ ਦਿਨ ਚੱਕ ਵਧੀਆ ਆਊਗੀ, ਵਧੀਆ ਕੰਟੈਂਟ ਆਊਗਾ ਜਿਹੜਾ ਤੁਹਾਨੂੰ ਪਸੰਦ ਵੀ ਆਊਗਾ, ਤਾਂ ਸਪੋਰਟ ਕਰਨੀ ਬਈ ਤੁਸੀਂ। ਤਾਂ ਇਹ ਦੇਖ ਸਕਦੇ ਹੋ ਬਾਈ ਦੀ ਇਹ ਸਾਈਕਲਾਂ ਨੇ ਜਿਹਦੇ ਬਾਈ ਸਟੰਟ ਕਰਦਾ ਜ਼ਿਆਦਾਤਰ ਨਹਿਰਾਂ ਦੇ ਵਿੱਚ। ਬਈ ਨਹਿਰਾਂ ਦੇ ਵਿੱਚ ਕਿਵੇਂ ਹੁੰਦਾ, ਡਰ ਨਹੀਂ ਲੱਗਦਾ ਪਾਣੀ ਪੂਣੀ 'ਚ? ਨਾ ਨਾ, ਜਦੋਂ ਨਹਿਰ ਫੁੱਲ ਹੁੰਦੀ ਆ ਭਜਾ ਕੇ ਸਾਈਕਲ, ਫੁੱਲ ਭਜਾ ਕੇ ਸਾਈਕਲ ਨਹਿਰ ਦੇ ਪੁਲ ਤੋਂ ਐਂ ਸਿੱਧੀ ਮਾਰਦੇ ਹਾਂ ਸਿੱਧੀ ਸਾਈਕਲ ਵਿੱਚ, ਕਿਉਂਕਿ ਸਾਈਕਲ ਡੁੱਬਦੀ ਨਹੀਂ ਗੀ ਇਹ ਪਤਾ ਨਹੀਂ ਆਪਾਂ ਨੂੰ, ਟਾਇਰ ਨੇ ਟਿਊਬ ਹੁੰਦੀ ਆ ਉੱਪਰ ਆਉਂਦੀ ਹੁੰਦੀ ਆ, ਤਾਂ ਕਰਕੇ ਸਾਈਕਲ ਥੱਲੇ ਵੱਜਦੀ ਹੈ ਕੇਰਾਂ ਤਾਂ ਪ੍ਰੈਸ਼ਰ ਨਾਲ, ਫਿਰ ਉੱਪਰ ਇੱਕੋ ਲੱਗ ਤੋਂ ਉੱਪਰ ਆ ਜਾਂਦੀ, ਜਮੀਨ ਸੱਟ ਵੱਜਦੀ ਜਮਾ। ਠੀਕ ਹੈ ਠੀਕ ਹੈ। ਮੈਂ ਤਾਂ ਨਹਿਰ ਦੇ ਵਿੱਚ ਜਦੋਂ ਦੇਖੀ ਨਾ ਵੀਡੀਓ, ਮੈਨੂੰ ਤਾਂ ਖੁਦ ਵੀ ਤੈਰਨਾ ਨਹੀਂ ਆਉਂਦਾ। ਮੂਲੇ ਡੰਡੇ ਨਿਕਲ ਜਾਂਦੇ ਉਹ ਪੈਰਾਂ ਦਾ, ਕੋਈ ਨਾ ਕੱਢਾਂਗੇ ਮੂਲੇ ਡੈਰ ਵੀ ਕੱਢਾਂਗੇ। ਅੱਛਾ ਅੱਛਾ, ਸਟੰਟ ਸਾਰੇ ਸਟੰਟ ਕਰਦੇ ਅੱਜ ਸਾਰੇ ਕਰਦੇ ਆ ਬਾਈ। ਕਹਿੰਦਾ ਮੈਂ ਵੀ ਬਹੁਤ ਟਾਈਮ ਹੋ ਗਿਆ ਸਟੰਟ ਨਹੀਂ ਕਰੇ, ਤਾਂ ਬਹੁਤ ਦਿਨਾਂ ਬਾਅਦ ਬਾਈ ਸਟੰਟ ਕਰ ਰਿਹਾ। ਮੈਂ ਚਲੋ ਬਾਈ ਤੁਹਾਡੀ ਪ੍ਰੈਕਟਿਸ ਵੀ ਹੋ ਜੂਗੀ। ਹੁੰਦਾ ਨਾ ਬਾਈ ਕੰਮ ਕਾਰ ਹੁੰਦੇ ਨੇ ਨਾ, ਡੇਲੀ ਵੀ ਨਹੀਂ ਸਟੰਟ ਕਰ ਜਾਂਦੇ, ਜਿਵੇਂ ਮੈਂ ਡੇਲੀ ਵੀ ਨਹੀਂ ਸਟੰਟ ਕਰਦਾ। ਹੋਰ ਵੀ ਪਰਸਨਲ ਜ਼ਿੰਦਗੀ ਹੁੰਦੀ ਸਾਰਿਆਂ ਦੀ, ਹੋਰ ਵੀ ਘਰ ਦੇ ਕੰਮ ਕਾਰ ਹੁੰਦੇ ਨੇ, ਤਾਂ ਬਸ ਜਦੋਂ ਮੌਕਾ ਮਿਲਦਾ ਬਾਈ ਕਰ ਲੈਂਦੇ ਹਾਂ, ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਈ। ਤਾਂ ਕਰਦੇ ਹਾਂ ਬਾਈ ਸਟੰਟ। ਮੌਸਮ ਵੀ ਵਧੀਆ ਘੈਂਟ ਹੋ ਰਿਹਾ, ਮੌਸਮ ਵੀ ਅੱਜ ਸਾਫ਼ ਹੈ, ਨਹੀਂ ਠੰਡ ਵੀ ਨਹੀਂ ਹੈਗੀ। ਪੂਰੀ ਲੋਕੇਸ਼ਨ ਤਾਂ ਦੱਸੋ ਇੱਥੇ। ਹਾਂ ਇੱਥੇ ਕਰ ਲਾਂਗੇ, ਇੱਥੇ ਇੱਥੇ ਧੁੱਪ ਜੀ ਬਾਈ ਹੈਗੀ। ਠੀਕ ਹੈ, ਤਾਂ ਇੱਥੇ ਕਰਾਂਗੇ ਬਾਈ, ਘਰ ਤੋਂ ਬਾਹਰ ਹੀ, ਲੋਕੇਸ਼ਨ ਘੈਂਟ ਹੈ। ਕਿਸੇ ਦਿਨ ਬਾਈ ਨੂੰ ਮੂਣਕ ਮੇਰੇ ਪਿੰਡ ਬਣਾਵਾਂਗੇ ਵੀਡੀਓ, ਅੱਜ ਬਾਈ ਦੇ ਪਿੰਡ ਬਣਾ ਰਿਹਾ ਤੇ ਫਿਰ ਬਾਈ ਦੇ ਫਿਰ ਮੇਰੇ ਘਰੇ ਬਣਾਵਾਂਗੇ। ਬਾਈ ਦਾ ਵਲੌਗ ਵੀ ਦੇਖਿਓ, ਬਾਈ ਨੇ ਵਲੌਗ ਸਟਾਰਟ ਕਰ ਰੱਖਿਆ ਹੈਗਾ। ਬਾਈ ਨੇ ਵੀ ਆਪਣਾ ਸਹੀ ਹੈ ਸਹੀ ਹੈ, ਬਾਈ ਨੇ ਵੀ ਆਪਣੇ ਸਾਈਕਲ ਕੱਢ ਲਏ। ਮੈਂ ਸਾਈਕਲ ਕੱਢ ਲਏ, ਮੈਂ ਤਾਂ ਤੇਰੇ ਕਰ ਦਿਆਂ ਸਟਾਰਟ, ਕਿਉਂਕਿ ਮੇਰੇ ਸਟੰਟ ਦਾ ਤੁਹਾਨੂੰ ਪਤਾ ਹੈ ਸਰੀਰ ਨੂੰ ਵਾਰਮ ਅਪ ਕਰਨਾ ਪੈਂਦਾ। ਲੈ ਮਿੱਤਰੋ ਤੇ ਇੱਕ ਗੱਲ ਹੋਰ ਆ, ਇਧਰ ਹੋ ਜਾ ਕੱਬੂ ਮੜਾ ਜਾ, ਥੋੜੀ ਕਮੀ ਆ ਸਾਡੇ ਕੋਲ ਕੈਮਰਾਮੈਨ ਇੱਕ ਆ ਬੱਬੂ ਬਾਈ, ਤਾਂ ਕਰਕੇ ਇੱਕੋ ਐਂਗਲ 'ਚ ਆਉਣੀ ਹੈ ਵੀਡੀਓ। ਜੇ ਤਾਂ ਸ਼ਾਰਟ ਆ ਗਈਆਂ ਤਾਂ ਸ਼ਾਰਟ ਲਾਵਾਂਗੇ ਬਲੌਗ ਦੇ ਵਿੱਚ, ਜੇ ਲੌਂਗ ਵੀਡੀਓ ਆ ਗਈ ਦੂਜੀ ਲੰਬੀ ਇਹ ਤਾਂ ਫਿਰ ਉਹ ਰੈਕਟੈਂਗਲ ਵੀਡੀਓ ਆਊਗੀ, ਨਹੀਂ ਸ਼ਾਰਟਸ ਲਾਵਾਂਗੇ ਇਹਦੇ ਵਿੱਚ, ਤਾਂ ਕਰਕੇ ਸਾਡੇ ਕੋਲ ਕੈਮਰਾਮੈਨ ਦੀ ਥੋੜ੍ਹੀ ਜਿਹੀ ਕਮੀ ਆ। ਹਾਂ ਹਾਂ ਕਰਾਂਗੇ, ਹਾਂ ਜਗਾੜੀ ਅਤੇ ਕਰਦੇ ਹਾਂ ਮਿੱਤਰੋ ਸਟਾਰਟ ਕੰਮ। ਬਾਈ ਨੇ ਸਾਈਕਲ 'ਤੇ ਸਟੈਂਡ ਸਟੂੰਡ ਦਾ ਕਿਸੇ ਦਿਨ ਲਾ ਰਕੇ, ਉਹਦਾ ਵੀ ਨਹੀਂ, ਉਹਦਾ ਹੈਗਾ ਇਹ ਤਾਂ ਨਹੀਂ ਹੈਗਾ, ਸਿੱਧਾ ਬਾਈ ਅੰਦਰ ਗਿਆ ਤੇ ਮੈਂ ਗੇਰ ਕੇ ਪੱਗਿਆ ਸਾਈਕਲ ਵਾਲੀ। ਅੱਛਾ ਟੁੱਟ ਗਿਆ, ਮੈਨੂੰ ਲੱਗਿਆ ਲਾ ਹੀ ਨਹੀਂ ਰੱਖਿਆ, ਮੈਂ ਸਟੰਟਮੈਨ ਕਈ ਵਾਰ ਲਾਉਂਦੇ ਨਹੀਂ ਹੁੰਦੇ। ਅੱਛਾ ਲਾ ਰੱਖਿਆ, ਟੁੱਟ ਗਿਆ ਸੀ, ਇਹ ਤਾਂ ਹਵਾ ਪਾਈ ਜਾ ਰਹੀ ਹੈ, ਬਾਈ ਨੇ ਚੈੱਕ ਕੀਤੀ ਚਲਾ ਕੇ, ਹਵਾ ਘੱਟ ਹੈ। ਪੰਪ ਤੇਰਾ ਪੰਪ ਵੀ ਕਈ ਪ੍ਰਕਾਰ ਦੇ ਹੁੰਦੇ ਨੇ ਨਾ, ਹੁਣ ਕਈ ਪੰਪ ਉਹ ਹੁੰਦੇ ਨੇ ਜਿਹੜੇ ਅਸੀਂ ਗਰਾਊਂਡ ਦੇ ਵਿੱਚ ਮਾਰਦੇ ਹਾਂ ਨਾ, ਇੱਕ ਆਹ ਪੰਪ, ਇਹ ਪੰਪ ਹਵਾ ਵਾਲਾ ਹੁਣ ਭਰਦੀ ਦੇਖੋ ਹਵਾ ਇਹਦੇ 'ਚ, ਜੇ ਬੰਦੇ ਦੇ ਵਿੱਚ ਹਵਾ ਭਰੀ ਜਾਂਦੀ ਹੈ ਨਾ, ਇਹ ਟਾਇਰ ਦੇ 'ਚ ਭਰੀ ਜਾ ਰਹੀ ਹੈ ਹਵਾ। ਪਹਿਲਾਂ ਰੋਂਡੀ ਮਾਰ ਕੇ ਦੇਖੋਗੇ ਸਾਈਕਲ 'ਤੇ? ਹਾਂ ਇੱਕ ਵਾਰ ਚੈੱਕ ਕਰ ਲਓ ਨਾ, ਲਓ ਬਾਈ ਹਵਾ ਪਾ ਲਈ ਟਾਇਰ 'ਚ, ਬਾਈ ਚੈੱਕ ਕਰ ਰਿਹਾ ਸਾਈਕਲ ਨੂੰ ਚਲਾ ਕੇ।
ਥੋੜਾ ਜਿਹਾ ਹੱਥ ਲਾ ਕੇ ਦੇਖ ਰਿਹਾ ਕਿਉਂਕਿ ਕਾਫੀ ਕਿੰਨੇ ਦਿਨਾਂ ਬਾਅਦ ਚਲਾ ਰਹੇ ਹੋ? ਮਹੀਨੇ ਬਾਅਦ ਹੁਣ ਹੱਥ ਪਾ ਰਹੇ ਹੋ? ਚਲੋ ਦੇਖ ਲਓ, ਆਹ ਦੇਖ ਸਕਦੇ ਹੋ ਬਾਈ ਇਕੱਠੇ ਹੋ ਰਿਹਾ ਤਾਂ ਦਿਖਾਣੇ ਬਈ ਤੁਹਾਨੂੰ ਦੋਨਿਆਂ ਦੇ ਸਟੰਟ। ਦੇਖੋ ਮਿੱਤਰੋ ਹੁਣ ਸਟੰਟ ਫਿਰ ਖੜੇ ਤੁਸੀਂ ਕੰਟੀਨਿਊ ਰੱਖੋ। ਇਹ ਕਲਿੱਪ ਨੂੰ ਦੁਬਾਰਾ ਤੋਂ ਲਾਉਣਾ ਚਲੋ ਠੀਕ ਹੈ। ਹਾਂ ਠੀਕ ਹੈ, ਹਾਂ ਠੀਕ ਹੈ ਨਾ, ਠੀਕ ਹੈ ਕਰੀਏ ਕਲਿੱਪ ਦੁਬਾਰਾ ਚਾਹ ਮਾੜਾ ਜਿਹਾ ਪਿੱਛੇ ਲਾਈ ਨੇ ਚੰਗਾ ਬਾਈ ਕੈਮਰਾ ਬਿਲਕੁਲ ਸਟੇਬਲ ਜਿਹਾ ਰੱਖੀ ਖੜ੍ਹ ਜਾ ਕੱਟਾਂਗੀ ਨਾ ਟੀ ਸ਼ਰਟ ਕਰ ਲਓ ਤੇ ਜਾਣਦਾ ਮੁੰਡੇ ਨੂੰ ਜਾਣਦਾ ਮੁੰਡੇ ਨੂੰ ਚਲੋ ਬਹੁਤ ਤਕੜੇ ਸਟੰਟ ਕਰਦਾ ਬਾਈ ਦੇਖੋ ਮਿੱਤਰੋ ਕਰ ਦੂਗਾ ਜੇ ਐਵੇਂ ਹੁਣ ਦੇਖਾਂਗੇ ਬਾਈ ਦੇ ਦੂਜਾ ਫਰੇਮ ਸੀ ਉਹ ਕਿਹੜਾ ਸੀ? ਇਹ ਵਾਲਾ ਘੈਂਟ ਬਣਦਾ ਮੇਰੇ ਹਿਸਾਬ ਨਾਲ, ਇਹ ਵਾਲਾ ਘੈਂਟ ਬਣਦਾ ਹਾਂ ਹਨਾ, ਫਿਰ ਦੂਰੋਂ ਬਣਾ ਲੈਂਦੇ ਆ ਇਹੀ ਫਰੇਮ ਰੱਖਿਆ 2x ਚ ਕਿਉਂਕਿ ਵਧੀਆ ਰੀਲ ਬਣਾਉਣ ਵਾਸਤੇ ਵਧੀਆ ਵੀਡੀਓ ਬਣਾਉਣ ਵਾਸਤੇ ਟਾਈਮ ਤਾਂ ਲੱਗਦੇ ਅਤੇ ਮਿਹਨਤ ਅਲੱਗ ਲੱਗਦੀ ਹੈ ਅਤੇ ਦੇਖ ਰਿਹਾ ਵਧੀਆ ਸ਼ੋਟ ਲੈ ਕੇ ਦੇਖ ਰਿਹਾ ਸ਼ੋਟ ਤਾਂ ਲੈ ਲਏ ਕਾਫੀ ਦੇਖਦੇ ਹਾਂ ਕਿਹੜਾ ਬੈਸਟ ਹੋਊਗਾ ਦੁਬਾਰਾ ਫਿਰ ਕਰ ਰਹੇ ਹਾਂ ਰਿਪੀਟ ਮਿਹਨਤ ਲੱਗਦੀ ਹੈ ਚਲਦੇ ਚਲਦੇ ਵਲੋਗ ਨੂੰ ਵੀ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ
ਹੋ ਹੀ ਜਾਂਦਾ ਕੁਛ ਨੀ ਹੁੰਦਾ ਇਹਦਾ ਚੱਲਦਾ ਰਹਿੰਦਾ ਡਿੱਗ ਡਿੱਗੀ ਸਵਾਰ ਹੁੰਦੇ ਨੇ ਹਾਂ ਮੇਰੀ ਵੀ ਦੇਖ ਸਕਦੇ ਹੋ ਥੋੜੀ ਜਿਹੀ ਇਹ ਲੱਗੀ ਨੀਚੇ ਡਿੱਕਰ ਜੀ ਲੱਗੀ ਬਾਕੀ ਕੁਛ ਨੀ ਹੁੰਦਾ ਦੁਬਾਰਾ ਕਰਦੇ ਹਾਂ ਲੋ ਮਿੱਤਰੋ ਕਾਫੀ ਹੱਦ ਤੱਕ ਆਪਾਂ ਨੇ 4-5 ਰੀਲਾਂ ਸ਼ੂਟ ਕਰ ਲਈਆਂ ਉਹ ਤੁਹਾਨੂੰ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲ ਜੂਗੀ ਤਾਂ ਹੁਣ 1-2 ਹੋਰ ਸ਼ੂਟ ਕਰ ਰਹੇ ਕਿਉਂਕਿ ਹੁਣ ਹਨੇਰਾ ਵੀ ਹੋਣਾ ਅਸੀਂ ਜਾਣਾ ਵੀ ਹੈ ਠੰਡ ਵੀ ਹੋਣ ਲੱਗ ਰਹੀ ਹੈ ਹਲਕੀ ਹਲਕੀ ਸਵੇਰ ਸ਼ਾਮ ਦੀ ਠੰਡ ਹੋ ਗਈ ਹੁਣ ਤਾਂ ਹੁਣ ਅਗਲਾ ਟਰਾਈ ਕਰ ਰਹੇ ਹਾਂ ਟਾਇਰ ਕੱਢਣ ਵਾਲਾ ਦੇਖਦੇ ਹਾਂ ਕਿਵੇਂ ਹੁੰਦੀ ਹੈ ਸ਼ੂਟ ਕਿਉਂਕਿ ਹੁਣ ਚਾਨਣਾ ਵੀ ਘੱਟ ਗਿਆ ਕੁਆਲਿਟੀ ਵੀ ਘਟੂਗੀ ਤਾਂ ਕਰਦੇ ਹਾਂ ਹੋਰ ਸ਼ੂਟ 1-2 ਅਤੇ ਫਿਰ ਕਰਦੇ ਹਾਂ ਵਲੋਗ ਦਾ ਵੀ ਛੇਤੀ ਐਂਡ ਦੂਜੀ ਵੀਡੀਓ ਟਰਾਈ ਕਰ ਰਹੇ ਹਾਂ ਦੂਜਾ ਸਟੰਟ ਪ੍ਰੀਤ ਬਾਈ ਕਰ ਰਿਹਾ ਟਾਇਰ ਕੱਢ ਕੇ ਬਾਈ ਦੇਖ ਸਕਦੇ ਹੋ ਬਾਹਲਾ ਔਖਾ ਹੈ ਬਾਈ ਤਾਂ ਦੇਖ ਸਕਦੇ ਹੋ ਬਾਈ ਇੱਕ ਟਾਇਰ ਤੇ ਚੱਲੂਗਾ ਸਾਈਕਲ ਤਾਂ ਦੇਖਣਾ ਬਾਈ ਟਰਾਈ ਕਰਕੇ ਦੇਖ ਰਿਹਾ ਪਹਿਲਾਂ ਆ ਦੇਖ ਸਕਦੇ ਹੋ ਪਰਾਂ ਹੋ ਜਾਓ ਓਏ ਹੋ ਜੂਗਾ ਟਾਇਰ ਹੀ ਕੱਟ ਰੱਖਿਆ ਦੇਖ ਸਕਦੇ ਹੋ ਹਾਂ ਜੇ ਪੈਂਚਰ ਹੋ ਜਾਣਾ ਇੱਕ ਤੇ ਰੇਜੂਗਾ ਬਾਈ ਇਹ ਵੀ ਕੋਈ ਇਹ ਕਰ ਸਕਦਾ ਤਾਂ ਕਰਦੇ ਹਾਂ ਸ਼ੂਟ ਪਹਿਲਾਂ ਮੈਂ ਉੱਥੇ ਆਇਆ ਕਦੀ ਛੱਡ ਬ੍ਰੇਕਾਂ ਜਾਂ ਤੇਲ ਬਗ ਗਈ ਘੱਟਾ ਹੀ ਘੱਟ ਆ ਜਾਂਦਾ ਜਦੋਂ ਖੜੀ ਹੋ ਜਾਂਦੀ ਸਾਈਕਲ ਬ੍ਰੇਕਾਂ ਜਾਂ ਤੇਲ ਬਗ ਜਾਂਦਾ ਕਦੀ ਛੱਡ ਮੈਂ ਕਰਦੇ ਕੀ ਹੋ ਗਿਆ ਸੀ ਦੋ ਬਾਈ ਮਿਲੇ ਨੇ ਬਾਈ ਅਸੀਂ ਵੀਡੀਓ ਬਣਾ ਰਹੇ ਸੀਗੇ ਬਾਈ ਵੀ ਆਪਣੀ ਇੰਸਟਾਗ੍ਰਾਮ ਤੇ ਵੀਡੀਓ ਇੰਸਟਾਗ੍ਰਾਮ ਦੇਖਦੇ ਨਾ ਬਾਈ ਇੰਸਟਾਗ੍ਰਾਮ ਤੇ ਉਹ ਬਾਈ ਵੀ ਆਪਣੀ ਵੀਡੀਓ ਦੇਖਦਾ ਜਾਣਦਾ ਕਹਿੰਦਾ ਬਾਈ ਤੇਰੀ ਵੀਡੀਓ ਦੇਖਦੇ ਆ ਤਾਂ ਮਿਲ ਹੀ ਜਾਂਦੇ ਨੇ ਬਈ ਆਪਾਂ ਨੂੰ ਪਿਆਰ ਕਰਨ ਵਾਲੇ ਵੀਡੀਓ ਦੇਖਣ ਵਾਲੇ ਪੰਜਾਬ ਦੇ ਏਰੀਆ ਦੇ ਵਿੱਚ ਜਿਵੇਂ ਆਪਾਂ ਕਬੱਡੀ ਕੱਪ ਦੇ ਵਿੱਚ ਜਾਂਦਾ ਤਾਂ ਹੁਣ ਕਰ ਰਹੇ ਹਾਂ ਸ਼ੂਟ ਹੋਰ ਠੀਕ ਹੈ ਬਾਈ ਕੀ ਨਾਮ ਆਪਣਾ ਕੀਰਤ ਆਪਣਾ ਬਾਈ ਅਮਰਜੀਤ ਇਹੀ ਪਿੰਡਾਂ ਦਾ ਵੀ ਫੁੱਲੇੜਾ ਦੁੱਧੜੀ ਕਰਕੇ ਆਇਆ ਬਾਈ ਸਟੰਟ ਹੁਣ ਟੂਰਨਾਮੈਂਟ ਇਹ ਵੀ ਬਾਈ ਆਇਆ ਸਟੰਟ ਦੇਖਣ ਇਹ ਲਾਈਵ ਦੇਖਣ ਲੱਗ ਰਹੀ ਮੁੰਡੇ ਤੇਰਾ ਅੱਛਾ ਲਾਈਵ ਦੇਖ ਰਹੇ ਸੀ ਅੱਛਾ ਮੈਂ ਦੁੱਧੜੇ ਜਾ ਕੇ ਆਇਆ ਨਾ ਬਾਈ ਲਾਈਵ ਦੇਖ ਰਿਹਾ ਸੀ ਕਬੱਡੀ ਕੱਪ ਲੋ ਮਿੱਤਰੋ ਆਪਾਂ ਨੇ ਰੀਲਾਂ ਵਗੈਰਾ ਵੀਡੀਓ ਵਗੈਰਾ ਫੋਟੋ ਵਗੈਰਾ ਸਭ ਕੁਛ ਸ਼ੂਟ ਕਰ ਲਿਆ ਪ੍ਰੀਤ ਬਾਈ ਦੇ ਘਰ ਤੋਂ ਬਾਹਰ ਕੀਤਾ ਕਿਉਂਕਿ ਇੱਥੇ ਲੋਕੇਸ਼ਨ ਵਧੀਆ ਆ ਰਹੀ ਸੀ ਸੂਰਜ ਸਾਹਮਣੇ ਪੈ ਰਿਹਾ ਸੀ ਤਾਂ ਹੁਣ ਦੇਖ ਸਕਦੇ ਹੋ ਟਾਈਮ ਬਾਈ ਹਨੇਰਾ ਹੀ ਹੋਣ ਲੱਗਿਆ ਤਾਂ ਅਸੀਂ ਵੀ ਚੱਲਦੇ ਹਾਂ ਤਾਂ ਬਾਈ ਬਹੁਤ ਦਿਲੋਂ ਧੰਨਵਾਦ ਬਾਈ ਤੁਸੀਂ ਮਿਲੇ ਧੰਨਵਾਦ ਤੇਰਾ ਤੂੰ ਆਇਆ ਸਾਡੇ ਕੋਲ ਟਾਈਮ ਕੱਢ ਕੇ ਬਾਈ ਵੈਸੇ ਟੂਰਨਾਮੈਂਟ ਤੁਹਾਨੂੰ ਕਿੰਨੀ ਵਾਰ ਦੱਸਿਆ ਹੈਗਾ ਤੇ ਬਾਈ ਇਹ ਟਾਈਮ ਕੱਢ ਕੇ ਆਇਆ ਤਾਂ ਮਗਾ ਚਲੋ ਬਾਈ ਨਾਲ ਵੀਡੀਓ ਰੀਲਾਂ ਬਾਈ ਤੁਹਾਨੂੰ ਇੰਸਟਾਗ੍ਰਾਮ ਤੇ ਮਿਲ ਜਾਣਗੀ ਬਾਈ ਦਾ ਅਕਾਊਂਟ ਹੈ ਪ੍ਰੀਤ ਸਟੰਟ ਮੈਨ ਸਪੋਰਟ ਕਰਿਓ ਬਲੌਗ ਨੂੰ ਫੁੱਲ ਸ਼ੇਅਰ ਕਰੋ ਇਹਨੂੰ ਬਾਈ ਹਾਂ ਕਮਲ ਮੁਨਕ ਤੁਹਾਨੂੰ ਕਮਲ ਮੁਨਕ ਮੇਰਾ ਇੰਸਟਾਗ੍ਰਾਮ ਹੈ ਬਾਈ ਦਾ ਹੈ ਪ੍ਰੀਤ ਸਟੰਟ ਮੈਨ ਤਾਂ ਰੀਲਾਂ ਦੇਖਿਓ ਬੜੀ ਬੜੀ ਘੈਂਟ ਰੀਲਾਂ ਬਣਾਈਆਂ ਨੇ 1-2 ਦਿਨ ਤੱਕ ਆਜੂਗੀ ਵੀ ਬਲੌਗ ਤੋਂ ਪਹਿਲਾਂ ਹੀ ਆਜੂਗੀ ਰੀਲ ਬਾਈ ਤਾਂ ਕਿਵੇਂ ਲੱਗਿਆ ਬਲੌਗ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਨਵੇਂ ਬਲੌਗ ਵੀਡੀਓ ਦੇ ਨਾਲ ਇੱਥੋਂ ਤੱਕ ਬਲੌਗ ਦੇਖਣ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਬਾਈ